ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲ ਅੱਜ ਕਰਾਂਗੇ ਜੁਲਾਈ ਅਤੇ ਅਗਸਤ ਮਹੀਨੇ ਦੀ ਪੈਨਸ਼ਨ ਬਾਰੇ, ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਨੇ ਮਨਾਂ ਦੇ ਵਿੱਚ ਨੇ। ਕਈਆਂ ਦੀ ਜਿਹੜੀ ਪੈਨਸ਼ਨ ਹੈ ਉਹ ਜੁਲਾਈ ਤੋਂ ਅਗਸਤ ਮਹੀਨੇ ਦੀ ਰੁਕੀ ਹੋਈ ਹੈ। ਉਹਦੇ ਰੁਕਣ ਦਾ ਕਾਰਨ ਕੀ ਹੈ, ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ। ਜਿਹੜੇ ਦੋਸਤ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਜੁੜੇ ਨੇ, ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ 'ਤੇ ਜ਼ਰੂਰ ਸੈੱਟ ਕਰ ਲੈਣ, ਤਾਂ ਜੋ ਹਰ ਇੱਕ ਵੀਡੀਓ ਦੀ ਨਵੀਂ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਗੱਲ ਕਰਦੇ ਹਾਂ ਜੀ ਬੁਢਾਪਾ ਪੈਨਸ਼ਨ ਦੀ ਜਿਹੜੀ ਯੋਗਤਾ ਹੈ ਉਹ ਪੁਰਸ਼ਾਂ ਲਈ ਉਮਰ ਹੱਦ ਜਿਹੜੀ ਹੈ ਉਹ 65 ਸਾਲ ਹੈ ਅਤੇ ਔਰਤਾਂ ਲਈ ਜਿਹੜੀ ਉਮਰ ਹੱਦ ਹੈ ਉਹ 58 ਸਾਲ ਹੈ। ਪਰ ਬਹੁਤ ਸਾਰੇ ਕਾਰਨ ਜਿਹੜੇ ਨੇ ਇਹਦੇ ਵਿੱਚ ਦੇਖੇ ਗਏ ਨੇ। ਕਈਆਂ ਦੀ ਉਮਰ ਜਿਹੜੀ ਹੈ ਹਾਲੇ ਪੈਨਸ਼ਨ ਦੀ ਨਹੀਂ ਹੋਈ, ਪਰ ਉਹਨਾਂ ਵੱਲੋਂ ਇੱਕ ਪ੍ਰਕਿਰਿਆ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਉਹ ਜਿਹੜੇ ਨੇ ਪਰਸਨ ਹੈ ਆਪਣੀ ਉਮਰ ਵਧਾ ਕੇ ਧੜਾ ਧੜ ਪੈਨਸ਼ਨਾਂ ਲਗਵਾਈ ਜਾ ਰਹੇ ਨੇ, ਜੋ ਕਿ ਗੌਰਮੈਂਟ ਦੇ ਕਾਨੂੰਨਾਂ ਦੇ ਖਿਲਾਫ ਹੈ, ਕਿਉਂਕਿ ਗੌਰਮੈਂਟ ਨੇ ਜਿਹੜੀ ਸੁਵਿਧਾ ਦਿੱਤੀ ਹੈ ਇਹ ਸਿਰਫ ਬੁਢਾਪਾ ਲੋਕਾਂ ਦਾ ਜਿਹੜਾ ਉਹ ਸੌਖਾ ਕੱਟ ਜਾਵੇ ਤਾਂ ਕਿ ਇਹ ਸੁਵਿਧਾ ਦਿੱਤੀ ਹੈ, ਪਰ ਇਸ ਦਾ ਬਹੁਤ ਸਾਰੇ ਪਰਸਨ ਜਿਹੜੇ ਨੇ ਨਜਾਇਜ਼ ਫਾਇਦਾ ਚੁੱਕ ਰਹੇ ਨੇ। ਹੁਣ ਜਿਹੜੀ ਵੈਰੀਫਿਕੇਸ਼ਨ ਹੈ ਉਹ ਚੱਲ ਰਹੀਆਂ ਨੇ, ਕਿਸ ਨੇ ਜਿਹੜੀ ਉਮਰ ਤੋਂ ਪਹਿਲਾਂ ਆਪਣੀ ਪੈਨਸ਼ਨ ਲਗਵਾਈ ਹੈ, ਭਾਵ ਕਿ ਉਹਦੀ ਉਮਰ ਜਿਹੜੀ ਹੈ ਹਾਲੇ ਪੈਨਸ਼ਨ ਦੀ ਨਹੀਂ ਹੋਈ, ਪਰ ਉਸ ਪਰਸਨ ਨੇ ਜਿਹੜਾ ਆਪਣੇ ਡਾਕੂਮੈਂਟ ਸਾਰੇ ਅਪਡੇਟ ਕਰਵਾ ਕੇ ਨਜਾਇਜ਼ ਤਰੀਕੇ ਦੇ ਨਾਲ ਪੈਨਸ਼ਨ ਜਿਹੜੀ ਹੈ ਉਹ ਲਗਵਾ ਲਈ ਹੈ। ਹੁਣ ਉਹਨਾਂ ਪਰਸਨਾਂ ਨੂੰ ਇੱਕ ਦੋ ਪੈਨਸ਼ਨ ਤਾਂ ਮਿਲ ਗਈ ਹੈ, ਪਰ ਅੱਗੇ ਜਿਹੜੀ ਪੈਨਸ਼ਨ ਹੈ ਉਹਨਾਂ ਦੀ ਉਹ ਰੋਕ ਦਿੱਤੀ ਗਈ ਹੈ, ਕਿਉਂਕਿ ਗੌਰਮੈਂਟ ਵੀ ਬਹੁਤ ਸਿਆਣੀ ਹੈ ਜੇ ਆਪਾਂ ਜ਼ਿਆਦਾ ਸਿਆਣੇ ਬਣਦੇ ਹਾਂ। ਗੌਰਮੈਂਟ ਕੋਲ ਸਾਰਾ ਡਾਟਾ ਆਪਣਾ ਤਕਰੀਬਨ ਪਹੁੰਚਦਾ, ਚਾਹੇ ਉਹ ਬੈਂਕਾਂ ਥਰੂ ਹੋਵੇ ਜਾਂ ਫਿਰ CSP ਜਿਹੜੇ ਵੀ ਬੈਠੇ ਨੇ, ਭਾਵ ਕਿ ਜਿਹੜੇ ਆਧਾਰ ਕਾਰਡ ਦੇ ਨਾਲ ਅੰਗੂਠਾ ਲਗਾ ਕੇ ਪੈਨਸ਼ਨ ਕਢਵਾਉਂਦੇ ਨੇ ਜਾਂ ਫਿਰ ਕੋਈ ਵੀ ATM ਜਾਂ ਪੈਸੇ ਕਢਵਾ ਰਿਹਾ, ਉਹਦਾ ਡਾਟਾ ਵੀ ਜਿਹੜਾ ਉਹ ਗੌਰਮੈਂਟ ਕੋਲ ਪਹੁੰਚ ਰਿਹਾ। ਹੁਣ ਕੀ ਹੁੰਦਾ ਕਿ ਬਹੁਤ ਸਾਰੇ ਪਰਸਨ ਜਿਹੜੇ ਨੇ ਉਹ ਸਹੀ ਯੋਗਤਾ ਰੱਖਦੇ ਨੇ ਅਤੇ ਬਹੁਤ ਸਾਰੇ ਪਰਸਨ ਜਿਹੜੇ ਨੇ ਉਹ ਅਯੋਗ ਪਾਏ ਜਾਂਦੇ ਨੇ, ਭਾਵ ਕਿ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਗੌਰਮੈਂਟ ਦੀਆਂ ਜਿਹੜੀਆਂ ਇੱਕ ਪੈਨਸ਼ਨ ਬਾਰੇ ਨਿਰਧਾਰਿਤ ਕੀਤੀਆਂ ਗਈਆਂ ਨੇ। ਜੇਕਰ ਨਿਰਧਾਰਿਤ ਸ਼ਰਤਾਂ ਦੇ ਅਕੋਰਡਿੰਗ ਤੁਹਾਡੀ ਪੈਨਸ਼ਨ ਲੱਗੀ ਹੈ ਤਾਂ ਫਿਰ ਉਸਨੂੰ ਕੋਈ ਵੀ ਨਹੀਂ ਰੋਕ ਸਕਦਾ, ਕਦੇ ਵੀ ਉਹ ਤੁਹਾਡੀ ਪੈਨਸ਼ਨ ਨਹੀਂ ਰੁਕੇਗੀ। ਪਰੰਤੂ ਜੇਕਰ ਦੂਜੇ ਪਾਸੇ ਦੇਖੀਏ, ਤੁਸੀਂ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਜਾਂ ਅਸੰਵਿਧਾਨਕ ਤਰੀਕੇ ਨਾਲ ਜਿਹੜੀ ਤੁਹਾਡੀ ਪੈਨਸ਼ਨ ਹੈ ਲਗਵਾਈ ਹੈ ਤਾਂ ਫਿਰ ਉਹ ਤੁਹਾਨੂੰ ਮਿਲਣੀ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰੇ ਪੈਨਸ਼ਨਰ ਜਿਹੜੇ ਨੇ ਉਹਨਾਂ ਦਾ ਡਾਟਾ ਜਿਹੜਾ ਪਟਵਾਰੀਆਂ ਕੋਲ ਵੀ ਹੈ, ਕਿੰਨੀ ਜ਼ਮੀਨ ਉਹਨਾਂ ਦੇ ਨਾਂ 'ਤੇ ਚੱਲ ਰਹੀ ਹੈ, ਉਹਨਾਂ ਦੀ ਆਮਦਨ ਕਿੰਨੀ ਹੈ, ਸਾਰਾ ਜਿਹੜਾ ਸਰਵੇ ਗੌਰਮੈਂਟ ਕਰਦੀ ਹੈ। ਜੇ ਆਪਾਂ ਕਹਿ ਦਈਏ ਕਿ ਆਪਾਂ ਪੈਨਸ਼ਨ ਦਾ ਫਾਰਮ ਭਰ ਦਿੰਦੇ ਹਾਂ, ਇੱਧਰ ਉੱਧਰ ਕਰਵਾ ਕੇ ਪੈਨਸ਼ਨ ਲਗਵਾ ਲੈਂਦੇ ਹਾਂ, ਕਿਹੜਾ ਗੌਰਮੈਂਟ ਨੂੰ ਪਤਾ ਲੱਗਣਾ, ਪਰ ਗੌਰਮੈਂਟ ਕੋਲ ਤਾਂ ਸਾਰੇ ਤੌਰ ਤਰੀਕੇ ਹੁੰਦੇ ਨੇ। ਜੇ ਆਪਾਂ ਇੱਕ ਕਦਮ ਅੱਗੇ ਹਾਂ ਤਾਂ ਗੌਰਮੈਂਟ 10 ਕਦਮ ਅੱਗੇ ਹੁੰਦੀ ਹੈ। ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿਹੜੇ ਲੋਕ ਅਵੈਧ ਤਰੀਕੇ ਦੇ ਨਾਲ ਪੈਨਸ਼ਨ ਲਗਵਾ ਰਹੇ ਨੇ ਅਤੇ ਕਿਹੜੇ ਸਹੀ ਤਰੀਕੇ ਨਾਲ ਪੈਨਸ਼ਨ ਲਗਵਾ ਰਹੇ ਨੇ। ਹੁਣ ਸਹੀ ਤਰੀਕੇ ਨਾਲ ਜਿਨ੍ਹਾਂ ਨੇ ਪੈਨਸ਼ਨ ਲਗਵਾਈ ਹੈ ਉਹ ਤਾਂ ਮਿਲਦੀ ਹੀ ਰਹਿਣੀ ਹੈ ਬਿਨਾਂ ਕਿਸੇ ਰੋਕ ਟੋਕ ਤੋਂ, ਪਰ ਜੇਕਰ ਅਸੀਂ ਅਵੈਧ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਹਾਂ ਤਾਂ ਕਦੇ ਨਾ ਕਦੇ ਜਿਹੜੀ ਹੈ ਉਹ ਵੈਰੀਫਿਕੇਸ਼ਨ ਹੋ ਜਾਂਦੀ ਹੈ। ਅਸੀਂ ਜਿਹੜੀ ਵੀ ਪੈਨਸ਼ਨ ਲਈ ਹੁੰਦੀ ਹੈ ਗੌਰਮੈਂਟ ਫਿਰ ਉਸਨੂੰ ਰਿਕਵਰ ਕਰਦੀ ਹੈ। ਜੇਕਰ ਤੁਹਾਡੀ ਵੀ ਬੁਢਾਪਾ ਪੈਨਸ਼ਨ ਲੱਗੀ ਹੋਈ ਹੈ, ਜੁਲਾਈ ਮਹੀਨੇ ਦੀ ਪੈਨਸ਼ਨ ਤੁਹਾਡੀ ਨਹੀਂ ਆਈ, ਜਿਨ੍ਹਾਂ ਦੀ ਜੁਲਾਈ ਮਹੀਨੇ ਦੀ ਪੈਨਸ਼ਨ ਰੁਕੀ ਹੋਈ ਹੈ, ਅਗਸਤ ਮਹੀਨੇ ਦੀ ਵੀ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਉਹ ਨਹੀਂ ਮਿਲੇਗੀ। ਕਾਰਨ ਇਹੀ ਹੋ ਸਕਦੇ ਨੇ, ਜਾਂ ਤਾਂ ਉਹਨਾਂ ਦਾ ਆਧਾਰ ਕਾਰਡ ਜਿਹੜਾ ਬੈਂਕ ਖਾਤੇ ਨਾਲ ਲਿੰਕ ਨਾ ਹੋਵੇ, ਜਾਂ ਫਿਰ ਉਹ 60,000 ਤੋਂ ਆਮਦਨ ਵੱਧ ਜਿਹੜੇ ਰੱਖਦੇ ਹੋਣ, ਭਾਵ ਕਿ 60,000 ਤੋਂ ਵੱਧ ਉਹਨਾਂ ਦੀ ਆਮਦਨ ਹੈ, ਜਾਂ ਫਿਰ ਜ਼ਮੀਨ ਉਹਨਾਂ ਦੇ ਨਾਮ ਜ਼ਿਆਦਾ ਹੈ
ਕਈ ਕਾਰਨ ਇਹਦੇ 'ਚ ਦੇਖੇ ਜਾ ਸਕਦੇ ਨੇ। ਆਧਾਰ ਕਾਰਡ ਉਹਨਾਂ ਦਾ ਅਪਡੇਟ ਨਹੀਂ ਹੈਗਾ ਤਾਂ ਵੀ ਇਹ ਪੈਨਸ਼ਨ ਰੋਕੀ ਜਾ ਸਕਦੀ ਹੈ। ਜੇਕਰ ਤੁਹਾਡੀ ਇਹਨਾਂ ਕਾਰਨਾਂ ਕਰਕੇ ਪੈਨਸ਼ਨ ਰੁਕੀ ਹੋਈ ਹੈ ਤਾਂ ਤੁਸੀਂ ਸਾਰਿਆਂ ਨੇ ਇੱਕ ਕੰਮ ਕਰਨਾ ਹੈ, ਆਪਣੇ ਬਲਾਕ ਦੇ CDPO ਦਫ਼ਤਰ ਦੇ ਵਿੱਚ ਜਾ ਕੇ ਨਾਲ ਆਪਣੇ ਓਰੀਜਨਲ ਡਾਕੂਮੈਂਟ ਲੈ ਕੇ ਜਾਣੇ ਆ। ਤੁਸੀਂ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਬੈਂਕ ਦੀ ਕਾਪੀ ਅਤੇ ਇੱਕ ਇਨਕਮ ਦਾ ਸਰਟੀਫਿਕੇਟ, ਇੱਕ ਤੁਹਾਨੂੰ ਜਦੋਂ ਤੁਹਾਡੀ ਪੈਨਸ਼ਨ ਲੱਗ ਗਈ ਸੀ ਉਹ ਜਿਹੜਾ ਲੈਟਰ ਹੈ ਦਿੱਤਾ ਗਿਆ ਸੀ ਉਹ ਵੀ ਲੈ ਕੇ ਜਾਣਾ ਹੈ। ਤੁਸੀਂ ਉੱਥੇ ਜਾ ਕੇ ਦੁਬਾਰਾ ਆਪਣੀ ਡਾਕੂਮੈਂਟ ਵੈਰੀਫਾਈ ਕਰਵਾਉਣੇ ਨੇ। ਤੁਸੀਂ ਦਫ਼ਤਰ ਦੇ ਵਿੱਚ ਬੈਠੇ ਅਧਿਕਾਰੀ ਨੂੰ ਇਹ ਕਹਿਣਾ ਹੈ ਕਿ ਜੀ ਮੈਂ ਕੋਈ ਨਜਾਇਜ਼ ਤਰੀਕੇ ਦੇ ਨਾਲ ਪੈਨਸ਼ਨ ਨਹੀਂ ਲੈ ਰਿਹਾ ਜਾਂ ਨਹੀਂ ਲੈ ਰਹੀ, ਜੇ ਲੇਡੀਜ਼ ਹੈ ਮੇਰੇ ਡਾਕੂਮੈਂਟ ਦੁਬਾਰਾ ਵੈਰੀਫਾਈ ਕਰਕੇ ਮੇਰੀ ਪੈਨਸ਼ਨ ਜਿਹੜੀ ਹੈ ਉਹ ਚਾਲੂ ਕੀਤੀ ਜਾਵੇ, ਜਾਂ ਫਿਰ ਉੱਥੇ ਬੈਠਾ ਅਧਿਕਾਰੀ ਤੁਹਾਨੂੰ ਨਾਲ ਦੀ ਨਾਲ ਵੈਰੀਫਾਈ ਕਰਕੇ ਦੱਸ ਦੇਵੇਗਾ ਕਿ ਤੁਸੀਂ ਪੈਨਸ਼ਨ ਲੈਣ ਦੇ ਯੋਗ ਹੋ ਜਾਂ ਨਹੀਂ। ਇੰਨਾ ਕੁ ਕੰਮ ਤੁਹਾਨੂੰ ਕਰਨਾ ਪੈਣਾ। ਇਹ ਕੰਮ ਹੋਏਗਾ ਤਾਂ ਜੇਕਰ ਤੁਹਾਡਾ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਦੀ ਕਾਪੀ, ਪੈਨ ਕਾਰਡ ਇਹਨਾਂ 'ਤੇ ਤੁਹਾਡਾ ਨਾਂ, ਤੁਹਾਡੇ ਪਿਤਾ ਜੀ ਦਾ ਨਾਂ, ਸਪੈਲਿੰਗ ਸਾਰਿਆਂ ਦੇ ਇੱਕ ਬਰਾਬਰ ਹੋਣਗੇ, ਭਾਵ ਕਿ ਮੈਚ ਹੋਣਗੇ, ਤਾਂ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਹੈ ਕੰਪਲੀਟ ਹੋਏਗੀ। ਜੇਕਰ ਤੁਹਾਡਾ ਇੱਕ ਵੀ ਡਾਕੂਮੈਂਟ ਇਹਦੇ ਵਿੱਚ ਸਪੈਲਿੰਗ ਆਪਸ ਦੇ ਵਿੱਚ ਨਾ ਮਿਲਦੇ ਹੋਣਗੇ ਤਾਂ ਫਿਰ ਤੁਹਾਡੀ ਵੈਰੀਫਿਕੇਸ਼ਨ ਹੈ ਉਹ ਨਹੀਂ ਹੋ ਸਕੇਗੀ। ਇਸ ਤੋਂ ਪਹਿਲਾਂ ਤੁਸੀਂ ਵੈਰੀਫਿਕੇਸ਼ਨ ਕਰਵਾਉਣ ਜਾਣਾ ਹੈ CDPO ਦਫ਼ਤਰ ਦੇ ਵਿੱਚ, ਉਸ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਅਪਡੇਟ ਕਰਾ ਲਓ, ਫਿੰਗਰ ਵਗੈਰਾ ਅਪਡੇਟ ਉਹਦੇ ਵਿੱਚ ਹੋਣੇ ਚਾਹੀਦੇ ਆ। ਤੁਹਾਡੇ ਆਧਾਰ ਕਾਰਡ ਦੇ ਨਾਲ ਤੁਹਾਡੇ ਫਿੰਗਰ ਮੈਚ ਹੋਣੇ ਚਾਹੀਦੇ ਨੇ ਤਾਂ ਹੀ ਤੁਹਾਨੂੰ ਜਿਹੜੀ ਹੈ ਉਹ ਬੁਢਾਪਾ ਪੈਨਸ਼ਨ ਮਿਲੇਗੀ। ਸੋ ਇਹ ਸੀ ਸਾਡੀ ਅੱਜ ਦੀ ਵੱਡੀ ਅਪਡੇਟ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਜ਼ਰੂਰ ਆਈ ਹੋਵੇਗੀ। ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ।